तू जंगला मामा पिछे जकारा बाबा पौड़ा हारी दा बोल सच्चे दरबार की जय टन 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 आ कि मम्मा रसगुल्ले जा ऑर्डर करते गोरे दे रसगुल्ले है ब्रो आ तू को सब आ तू यार गैब हो जानी है इस तू पहला गैब होवे शॉट ले लिए धूप दे विच हेलो वेलकम बैक टू अनदर व्लॉग आई होप तू सारे कैंट होवोगे मैं बिल्कुल ठीक हां यार ਤੇ ਅੱਜ ਆਪਾਂ ਖੜੇ ਆ ਹੈਡਫੋਰਡਸ਼ਾਇਰ ਯੂਨੀਵਰਸਿਟੀ ਤੇ ਯੂਨੀਵਰਸਿਟੀ ਦਾ ਟੂਰ ਕਰਾਵਾਂਗੇ ਤੁਹਾਨੂੰ ਯੂਨੀਵਰਸਿਟੀ ਦਾ ਟੂਰ ਵੀ ਤੇ ਇੱਕ ਹੋਰ ਪਲਾਨ ਬਣਿਆ ਆਪਣਾ ਸਵੇਰੇ ਸਵੇਰੇ ਮੈਨੂੰ ਫੋਨ ਆਉਂਦਾ ਇਹਦਾ ਕਹਿੰਦਾ ਅੱਜ ਜਾਣਾ ਕਿੱਥੇ ਫ੍ਰੀ ਟਾਈਮ ਸੀ ਅੱਜ ਕੈਨੇਡਾ ਚ ਬਹੁਤ ਪਪੂਲਰ ਥਿੰਗ ਆ ਉਹ ਤੇ ਯੂਕੇ ਦੇ ਵਿੱਚ ਬੜੀ ਮਤਲਬ ਰੇਅਰ ਆ ਬਹੁਤ ਘੱਟ ਲਿਮਿਟਡ ਪਲੇਸਾਂ ਆ ਨਾ ਉਹਦੀਆਂ ਤੇ ਉਸ ਪਲੇਸ ਤੇ ਅੱਜ ਆਪਾਂ ਵਿਜ਼ਿਟ ਕਰਾਂਗੇ ਤੇ ਕਨਾਲ ਆਪਣੇ ਨਾਲ ਆ ਤੇ ਆਪਾਂ ਜਾ ਰਹੇ ਹਾਂ ਟਿਮ ਹੋਟਨ ਪਤਾ ਹਨ ਯੈਸ ਟਿਮ ਹੋਟਨ ਹਾਰਟਫੋਰਡ ਸ਼ਾਇਰ ਯੂਨੀਵਰਸਿਟੀ ਤੁਸੀਂ ਦੇਖ ਹੀ ਸਕਦੇ ਹੋ ਆਲੇ ਦੁਆਲੇ ਨਾ ਇੱਥੋਂ ਕਹਿੰਦੇ ਇੱਕ ਘੰਟੇ ਦਾ ਸਫ਼ਰ ਆ ਅਤੇ ਇੱਕ ਘੰਟੇ ਦੇ ਸਫ਼ਰ ਤੋਂ ਬਾਅਦ ਆਪਾਂ ਪਹੁੰਚਾਂਗੇ ਉੱਥੇ ਅਤੇ ਉਸ ਤੋਂ ਪਹਿਲਾਂ ਯੂਨੀਵਰਸਿਟੀ ਜਿੱਧਰ ਏਟ ਬਾਲ ਪੂਲ ਉਸ ਤੋਂ ਲਾਉਣ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਪਿਆਨੋ ਵੀ ਆ ਉਹ ਵੀ ਵਜਾਵਾਂਗੇ ਥੋੜ੍ਹਾ ਬਹੁਤ ਹੈ ਨਾ ਉਹ ਵੀ ਦਿਖਾਉਂਦੇ ਹਾਂ ਇਹਨਾਂ ਨੂੰ ਆਉਂਦਾ ਨਹੀਂ ਪਰ ਆਉਂਦਾ ਉਹਦਾ ਕੁਝ ਨਹੀਂ ਪਹਿਲੀ ਵਾਰੀ ਵਜਾਇਆ ਦੇਖ ਲਿਓ ਤੁਹਾਨੂੰ ਕਲਿੱਪ ਜੋੜਦਾ ਨਹੀਂ ਉਹ ਅਤੇ ਬਾਕੀ ਐਕਸਪੀਰੀਅੰਸ ਕਰਾਂਗੇ ਟਿਮ ਹੋਟਨ ਅਤੇ ਬਣੇ ਰਹੋ ਵਲੌਗ ਦੇ ਵਿੱਚ ਅਤੇ ਮਿਲਦੇ ਹਾਂ ਅੱਗੇ ਜਾ ਕੇ ਕਹਿੰਦੇ ਇੱਧਰ ਯੂਟਿਊਬ 'ਤੇ ਚੱਕ ਕੇ ਕੰਮ ਯੂਟਿਊਬ 'ਤੇ ਕਹਿੰਦੇ ਟਿਊਟੋਰੀਅਲ ਲੈ ਕੇ ਇੱਧਰ ਪਿਆਨੋ ਵਜਾਉਣਾ ਸਟਾਰਟ ਕਰਤਾ ਮੁੰਡੇ ਨੇ ਚੱਲ ਬਈ ਕਰਦੇ ਸਟਾਰਟ ਕਹਿੰਦੇ ਸਾਰਾ ਪਿਆਨੋ ਅੱਜ ਹੀ ਸਿੱਖ ਕੇ ਆਉਣਾ ਚੱਲ ਵਜਾਉਣਾ ਸਟਾਰਟ ਕਰ ਕੁਛ ਵੀ ਵਜਾ ਦੇ ਪਹਿਲੇ ਵੀ ਮੈਂ ਤੁਮਸੇ ਮਿਲਾ ਹੂੰ ਕਹਿੰਦੇ ਗੇਮ ਸਟਾਰਟ ਹੋਣ ਲੱਗੀ ਇੱਧਰ ਰੱਖ ਲਾ ਮੁੰਡਿਆ ਗੇਮ ਸਟਾਰਟ ਕਰਾਂਗੇ ਕਹਿੰਦੇ ਗੇਮ ਚੱਲ ਰਹੀ ਆ ਮੈਂ ਪਹਿਲਾਂ ਟਰਾਈ ਕਦੇ ਕੀਤੀ ਨਹੀਂ ਪਹਿਲੀ ਵਾਰ ਟਰਾਈ ਕਰ ਰਿਹਾ ਅਤੇ ਉਸਤਾਦ ਪਿੱਛੇ ਥੋੜ੍ਹਾ ਜਿਹਾ ਐਕਸਪੀਰੀਅੰਸ ਆ ਉਹਨੇ ਕੀਤੇ ਹੋਏ ਆ ਪਹਿਲਾਂ ਟਰਾਈ ਮੈਂ ਥੋੜ੍ਹਾ ਜਿਹਾ ਐਕਸਪਰਟ ਇਹ ਇਹ ਮੇਰੇ ਨਾਲੋਂ 10 ਗੁਣਾ ਜ਼ਿਆਦਾ ਐਕਸਪਰਟ ਆ ਵਾਓ ਗ੍ਰੇਟ ਮੈਨ ਜਿੱਥੋਂ ਛੋੜ ਲੈਂਦਾ ਫਿਰ ਦੋ ਹੁੰਦੇ ਆਥੂ ਕੋ ਸਾਹਿਬ ਫਿਰ ਦੁਬਾਰਾ ਤੋਂ ਸੱਚੀ ਬਾਤ ਨੀ ਬ੍ਰੋ ਤੂੰ ਤੂੰ ਸੱਚ ਗਿਆ ਹੀ ਮੈਨੂੰ ਬ੍ਰਦਰ ਵਾਟਸ ਦੈਟ ਓ ਮਾਈ ਗੋਡ ਤੂੰ ਮੈਨੂੰ ਬਿਲਕੁਲ ਸੱਚ ਗਿਆ ਹੀਗਾ ਔਖਾ ਯਾਰ ਬਸ ਕਰ ਹੁਣ ਮੈਂ ਹੋਰ ਨਾ ਬਣਾ ਓ ਯੈਸ ਬੋਇਸ ਇੱਕ ਹੋਰ ਚਾਂਸ ਹੈ ਲੈਟਸ ਜੀ ਗੇਮ ਐਂਡਿੰਗਾਂ ਚ ਆ ਗਈ ਆ ਕਹਿੰਦੇ ਰਾਣੀ ਪਾਉਣ ਲੱਗਾ ਮੁੰਡਾ ਲੈਣੇ ਦੇ ਬਾਈ ਰਹਿਣੇ ਦੇ ਤੂੰ ਮੈਂ ਹੀ ਗੇਮ ਖਤਮ ਕਰੂੰਗਾ ਗੇਮ ਕਹਿੰਦੇ ਮੌਕੇ ਤੇ ਅੜੀ ਹੋਈ ਗੇਮ ਜਿਹੜੀ ਬੜੀ ਇੰਟਰਸਟਿੰਗ ਹੋ ਰੱਖੀ ਆ ਕੋਈ ਵੀ ਜਿੱਤ ਸਕਦਾ ਕੋਈ ਆਸਟ੍ਰੇਲੀਆ ਇੰਡੀਆ ਦੇ ਤੇ ਕੌਣ ਜਿੱਤਾ ਇੰਡੀਆ ਨੂੰ ਜਿੱਤੇਗਾ ਬਾਈ ਗੇਮ ਖਤਮ ਕੀਤੀ ਹੋਣੀ ਹੋਣੀ ਬਰੋ ਨੇ ਜਿੱਤ ਲਿਆ ਆਸਟ੍ਰੇਲੀਆ ਨੇ ਜਿੱਤ ਲਈ ਆ ਗੇਮ ਤੇ ਹੁਣ ਵਾਪਸ ਬਾਹਰ ਆ ਗਏ ਆ ਫੋਰਮ ਹੁਣ ਭਰਾ ਕੀ ਪਲਾਨ ਆਪਣਾ ਹੁਣ ਘਰ ਜਾਣੇ ਥੋੜਾ ਖਾ ਪੀ ਕੇ ਕੱਪੜੇ ਚੇਂਜ ਕਰ ਖਾ ਪੀ ਕੇ ਚੱਲਦੇ ਆ ਕੀ ਖਾਣਾ ਤੂੰ ਪੀ ਲੈਨੇ ਆ ਆਪਾਂ ਚਲੋ ਹੁਣ ਘਰ ਥੋੜਾ ਜਾਵਾਂਗੇ ਫਿਰ ਉਧਰੋਂ ਆਪਾਂ ਸਿੱਧਾ ਨਿਕਲਾਂਗੇ ਟਿਮ ਵਾਟਫੋਰਡ ਜਾ ਵਾਟਫੋਰਡ ਤਾਂ ਯਾਰ ਦੂਰ ਹੈ ਤੂੰ ਜੰਗਲਾ ਚ ਲੈ ਆਇਆ ਮਾਮਾ ਪਿੱਛੇ ਜਕਾਰਾ ਬਾਬਾ ਪੌੜਾ ਹਾਰੀ ਦਾ
ਬੋਲ ਸੱਚੇ ਦਰਬਾਰ ਕੀ ਜੈ। ਕਹਿੰਦੇ ਪਿੱਛੇ ਯੂਨੀਵਰਸਿਟੀ ਥੱਲੇ ਰਹਿ ਗਈ ਆ, ਉੱਪਰ ਪੌੜੀਆਂ ਚੜ੍ਹ ਕੇ ਆਏ ਆ, ਤੇ ਅੱਗੇ ਅੱਗੇ ਵੀ ਯੂਨੀਵਰਸਿਟੀ ਆ, ਅੱਗੇ ਅਕੋਮੋਡੇਸ਼ਨ, ਤੇ ਪਿੱਛੇ ਜੰਗਲ ਆ, ਜੰਗਲ ਹੀ ਜੰਗਲ ਆ ਪਿੱਛੇ, ਜੰਗਲਾਂ ਦੇ ਵਿੱਚ ਯੂਨੀਵਰਸਿਟੀ ਆ। ਯੂਨੀਵਰਸਿਟੀ ਦਾ ਨਾਂ ਹੈਗਾ ਯੂਨੀਵਰਸਿਟੀ ਆਫ ਹੈਡਫੋਰਡਸ਼ਾਇਰ, ਤੇ ਮੈਂ ਤਾਂ ਆਉਂਦਾ ਰਹਿੰਦਾ ਇੱਥੇ, ਗੇੜੇ ਗੋੜੇ ਵੱਜਦੇ ਰਹਿੰਦੇ ਆ। ਬਾਕੀ ਉਸਤਾਦ ਜੀ ਇੱਥੇ ਸਟੱਡੀ ਕਰਦੇ, ਸਟੂਡੈਂਟ ਆ ਇੱਥੇ। ਕਿਹੜਾ ਕੋਰਸ ਆਪਣਾ ਬਾਈ? IB ਇੰਟਰਨੈਸ਼ਨਲ ਬਿਜ਼ਨਸ। ਇੰਟਰਨੈਸ਼ਨਲ ਬਿਜ਼ਨਸ ਕਰ ਰਿਹਾ ਮੁੰਡਾ, ਮਾਸਟਰਸ, ਬੈਚਲਰ ਨਹੀਂ ਕਰ ਰਿਹਾ ਇਹ, ਮਾਸਟਰਸ ਬੈਚਲਰ ਲਈ ਮੈਂ ਹੀ ਹਾਂ ਪ੍ਰੋ। ਇਹ ਬੰਦੇ ਉੱਪਰ ਆ, ਅਸੀਂ ਤਾਂ ਬੈਚਲਰਸ ਲਈ ਆਏ ਹਾਂ। ਪਿੱਛੇ ਦੇਖੋ ਯਾਰ, ਪੂਰਾ ਜੰਗਲੀ ਏਰੀਆ ਆ ਪਿੱਛੇ, ਬਹੁਤ ਸਟਰੇਂਜ ਆ ਇਹ। ਬਟ ਕੋਈ ਨਹੀਂ, ਯੂਨੀਵਰਸਿਟੀ ਤਾਂ ਯੂਨੀਵਰਸਿਟੀ ਆ, ਭਾਵੇਂ ਜੰਗਲਾਂ 'ਚ ਹੀ ਹੋਵੇ। ਕਿਉਂ ਭਰਾਵਾ? ਸੋਹਣੀ ਆ ਯੂਨੀ, ਨਹੀਂ ਯੂਨੀਵਰਸਿਟੀ ਤਾਂ ਸੋਹਣੀ ਆ ਯਾਰ, ਖੁੱਲ੍ਹੀ ਡੁੱਲੀ ਆ, ਖੁੱਲ੍ਹੀ ਡੁੱਲੀ ਆ, ਫੀਸ ਬਹੁਤ ਜ਼ਿਆਦਾ ਖੁੱਲ੍ਹੀ, ਬਾਕੀ ਫੀਸ ਫੀਸ ਵੀ ਕਾਫੀ ਖੁੱਲ੍ਹੀ ਡੁੱਲੀ ਆ, ਫੀਸ ਵੀ ਵੱਡੀ ਆ। ਉਸਮੇ ਘਰ ਜਾਏਗਾ, ਤੇਰਾ ਘਰ ਜਾਏਗਾ ਉਸਮੇ, ਹੋਰ ਕੀ। ਹਾਂ ਲਓ ਜੀ, ਤੁਹਾਨੂੰ ਅੱਗੇ ਦਿਖਾਉਣਾ ਪਿੱਛੇ 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 ਦਾ ਪੂਰਾ ਮਾਹੌਲ ਦਿਖਾਉਂਦੇ ਇਹਨਾਂ ਨੂੰ। ਪਿੱਛੇ ਦੇਖੋ ਯਾਰ ਯੂਨੀਵਰਸਿਟੀ, ਉਹ ਦੇਖੋ, ਵਾਹ ਬਹੁਤ ਵੱਡੀ ਯੂਨੀਵਰਸਿਟੀ ਆ। ਬਾਕੀ ਇੱਧਰ ਮੁੰਡੇ ਫੁੱਟਬਾਲ ਖੇਡ ਰਹੇ ਆ ਅੰਦਰ ਕੋਰਟ ਦੇ ਵਿੱਚ, ਇੱਧਰ ਉਸਤਾਦ ਹੋਣੀ, ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ। ਛੁੱਟੀ ਹੋਈ, ਘਰ ਜਾ ਰਹੇ ਹੋ? ਕਾਲਜ ਤੋਂ ਛੁੱਟੀ ਤੇ ਹੁਣ ਘਰੇ, ਇੰਡੀਆ ਲੜਦੇ ਹੁੰਦੇ ਸਕੂਲ ਜਾਣ ਲਈ, ਹੋਰ ਕੀ। ਵਾਈ ਵੀ ਅਲੱਗ ਆ ਯਾਰ, ਇਹ ਕੀ ਲੱਗਾ ਉਸਤਾਦ, ਕੀ ਲੱਗਾ ਹੈ? ਡੋਡੇ, ਡੋਡੇ, ਆ ਦੇਖ ਲਓ ਜੀ, ਡੋਡੇ ਲੱਗੇ ਹੋਏ ਨੇ। ਓਪੀਅਮ, ਓਪੀਅਮ, ਸਮ ਓਪੀਅਮ ਬ੍ਰੋ, ਆ ਦੇਖੋ ਇਦਾਂ ਸੱਚੀ ਡੋਡੇ ਆ, ਕੁੱਦੀ ਭਰਾਵਾ ਮਜ਼ਾਕ ਕਰਦੇ ਆ, ਤੇ ਹੋਰ ਹੋਰ ਹੀ ਕੋਈ ਹੋਰ ਹੀ ਪਨੀਰੀ ਜੀ ਆਏ, ਕੋਈ ਡੋਡੇ ਡੁੱਡੇ ਨਹੀਂ ਹੈਗੇ। ਡੋਡੇ ਮਿਲਦਾ ਤਾਂ ਸਾਊਥ ਹਾਲ 'ਚ, ਸਾਊਥ ਹਾਲ ਤਾਂ ਫਿਰ ਮੈਂ ਮਿਲਣਾ ਹੀ ਆ ਉੱਥੇ, ਉਹ ਕਿਹੜਾ, ਉਹ ਸਾਊਥ ਹਾਲ ਯੂਕੇ 'ਚ ਥੋੜ੍ਹੀ ਆ, ਸਾਊਥ ਹਾਲ ਤਾਂ ਯੂਕੇ ਤੋਂ ਅਲੱਗ ਆ, ਯੂਕੇ ਦਾ ਇੱਕ ਪਾਰਟ ਇੱਧਰ ਆ ਗਿਆ, ਸਾਊਥ ਹਾਲ ਯੂਕੇ ਦਾ ਪਾਰਟ ਹੀ ਨਹੀਂ ਹੈਗਾ, ਸਾਊਥ ਹਾਲ ਤਾਂ ਅਲੱਗ ਆ ਪੰਜਾਬ ਦਾ, ਪੰਜਾਬ ਨੇ ਓਨ ਕੀਤਾ ਉਹਨੂੰ, ਪੰਜਾਬ ਵਾਲੇ ਉੱਤੇ ਉਹਨਾਂ ਦੀ ਓਨਰਸ਼ਿਪ ਆ ਪੰਜਾਬ ਦੀ, ਸਾਊਥ ਹਾਲ ਅਤੇ ਸਾਊਥ ਹਾਲ ਯੂਕੇ ਦੀ ਥੋੜ੍ਹੀ ਆ ਓਨਰਸ਼ਿਪ, ਕਿਉਂ? ਯੈਸ ਰਾਈਟ ਆ ਮੁੰਡਾ। ਲਓ ਜੀ ਕਹਿੰਦੇ ਘਰੇ ਆ ਗਏ ਆ ਉਸਤਾਦ ਦੇ, ਅੰਦਰ ਜਾ ਕੇ ਦੇਖਦੇ ਕੀ ਹਾਲ ਆ। ਬੁਰੇ ਹਾਲ ਆ, ਘਰ ਨਾ ਦਿਖਾ ਮੇਰਾ ਅੰਦਰ, ਭਰਾਵਾ ਯੂਕੇ 'ਚ ਤਾਂ ਇੱਦਾਂ ਹੀ ਹੁੰਦੇ ਸਾਰਿਆਂ ਦੇ ਘਰ ਕੋਲ। ਲਓ ਜੀ ਕਹਿੰਦੇ ਵਾਹ ਕਿਆ ਬਾਤ ਹੈ, ਯੂਕੇ 'ਚ ਸ਼ੇਅਰਿੰਗ 'ਚ ਰਹਿੰਦੇ ਆ ਤਾਂ ਪੈਸੇ ਸੇਵ ਹੋ ਜਾਂਦੇ ਆ, ਉਹੀ ਉਸਤਾਦ ਹੋਣੀ ਕਰਦੇ ਪਏ ਆ, ਇੱਦਾਂ ਰਹਿਣਾ ਚਾਹੀਦਾ। ਕੀ ਕਹਿੰਦਾ ਸ਼ੇਰਾ, ਐਲਰਜੀ ਪਤਾ ਨਹੀਂ ਕਿਹੜੀ ਹੈ, ਜੀਰਾ, ਜੀਰਾਵਤੀ ਲੈ ਕੇ ਆਇਆ, ਜੀਰਾਵਤੀ। ਲਓ ਜੀ ਕਹਿੰਦੇ ਕਹਿੰਦੇ ਨਵੀਂ ਜੈਕਟ ਟਰਾਈ ਕੀਤੀ ਆ, ਜੈਕਟ ਹੀ ਕਹਿੰਦੇ ਨੂੰ ਕੀ ਕਹਿੰਦੇ, ਐਡੀਡਾਸ ਦੀ, ਕਿੱਦਾਂ ਲੱਗ ਰਹੀ ਆ? ਘਰੋਂ ਪਿਆਰ ਸ਼ਿਆਰ ਹੋ ਕੇ ਬਾਹਰ ਆ ਗਏ ਆ, ਤੇ ਹੁਣ ਆਪਾਂ ਲੈਣੀ ਆ ਬੱਸ, ਬੱਸ ਕਿੱਥੇ ਲੈਣੀ ਆ, ਗਲੇਰੀਆ ਤੋਂ, ਸਟੋਪ ਏ ਤੋਂ ਗਲੇਰੀਆ, ਗਲੇਰੀਆ ਜਾ ਰਹੇ ਹਾਂ, ਗਲੇਰੀਆ ਤੋਂ 10 ਮਿੰਟ ਦੀ ਵੋਕ ਆ, ਤੇ ਪਹੁੰਚ ਕੇ ਫਿਰ ਬੱਸ ਲੈਂਦੇ ਹਾਂ, ਤੁਹਾਨੂੰ ਫਿਰ ਅੱਗੇ ਜਾ ਕੇ ਮਿਲਦੇ ਹਾਂ। ਖਿੱਚ ਕੇ ਧੁੱਪ ਦੇਖੋ ਕਿੰਨੀ ਘੈਂਟ ਨਿਕਲੀ ਹੋਈ ਯੂਕੇ ਦੇ ਵਿੱਚ, ਦਿਨ ਦਾ ਟਾਈਮ ਕਿੰਨਾ ਹੋ ਗਿਆ ਦੇਖੀ, 5 ਵਜੇ, ਵਾਹ ਪਹਿਲੀ ਵਾਰ ਇੱਦਾਂ ਹੋਇਆ ਯੂਕੇ ਦੇ ਵਿੱਚ। ਯੂਕੇ 'ਚ ਇੱਕ ਚੀਜ਼ ਬੜੀ ਘੱਟ ਹੁੰਦੀ ਆ, ਠੀਕ ਆ, ਤੇ ਉਹ ਅੱਜ ਹੋ ਗਈ ਆ, ਇੰਨੀ ਗੂੜੀ ਧੁੱਪ ਨਿਕਲੀ ਆ, ਇੰਨੀ ਗੂੜੀ ਧੁੱਪ, ਇੰਨੀ ਇੰਡੀਆ 'ਚ ਵੀ ਨਹੀਂ ਨਿਕਲਦੀ ਜਿੰਨੀ ਇੱਥੇ ਨਿਕਲੀ। 6 ਮਹੀਨੇ ਹੋ ਗਏ ਫਸਟ ਟਾਈਮ ਦੇਖੀ, ਪਹਿਲੀ ਵਾਰ ਮੁੰਡੇ ਨੇ 6 ਮਹੀਨਿਆਂ 'ਚ ਪਹਿਲੀ ਵਾਰ ਦੇਖੀ, 6 ਮਹੀਨੇ, ਸਾਲ ਹੋ ਚੱਲਿਆ, 6 ਮਹੀਨੇ ਪਹਿਲੀ ਵਾਰ ਇੰਨੀ ਤਕੜੀ ਧੁੱਪ ਦੇਖੀ ਆ। ਅੱਗੇ ਜਾ ਕੇ ਤੁਹਾਨੂੰ ਵਿਊ ਦਿਖਾਉਣਾ ਧੁੱਪ ਵਾਲਾ, ਐਨ ਧੁੱਪ ਦੇ ਵਿੱਚ ਖੜ ਕੇ, ਆ ਜਾ ਗੈਬ ਹੋ ਜਾਣੀ ਆ, ਇਸ ਤੋਂ ਪਹਿਲਾਂ ਗੈਬ ਹੋਵੇ ਸ਼ੋਟ ਲੈ ਲਈਏ ਧੁੱਪ ਦੇ ਵਿੱਚ। ਯੂਕੇ ਦੇ ਵੈਦਰ ਤਾਂ ਕੋਈ ਨਹੀਂ, ਕੁਛ ਨਹੀਂ ਕਹਿ ਸਕਦੇ। ਉਹ ਜੀ ਕਹਿੰਦੇ ਧੁੱਪ ਦੇਖੋ ਪੈ ਰਹੀ ਆ ਪੂਰੀ, ਪਿੱਛੇ ਪਿੱਛੇ ਦੇਖੋ ਬਿਲਡਿੰਗਾਂ, ਸਵਾਦ ਆ, ਗਰਮ ਗਰਮ ਜਿਹਾ ਨਿੱਘਾ ਨਿੱਘਾ ਜਿਹਾ ਫੀਲ ਹੋ ਰਿਹਾ ਪੂਰਾ, ਹੈ ਨਾ, ਪਤਾ ਲੱਗ ਰਿਹਾ ਧੁੱਪ ਦਾ। ਆਈਸਕ੍ਰੀਮ ਖਾਣੀ ਆ, ਆਈਸਕ੍ਰੀਮ ਦੇ ਵੱਖਰੇ ਵੱਖਰੇ ਫਲੇਵਰ ਥੱਲੇ ਪਏ, ਆਪਾਂ ਇਸ ਟਾਈਮ ਸਕੂਪ ਅਪ 'ਚ ਕਰਕੇ ਆਪਾਂ ਫਲੇਵਰ ਦਿਖਾਉਣਾ, ਹੈਡਫੀਲਡ ਦੇ ਵਿੱਚ ਹੀ ਆ ਕੋਪ ਦੇ ਨਾਲ,
ਕਹਿੰਦੇ ਉਸਤਾਦ ਦਿਖਾ ਕੀ ਹੋਇਆ ਤੂੰ ਸਨੈਪ ਕੀ ਕਹਿੰਦੇ ਸਕੂਪਰ ਦੇ ਬਾਹਰ ਖੜੇ ਆ ਤੇ ਦੋ ਫਲੇਵਰ ਲੈ ਦੱਸ ਕਿਹੜੇ ਕਿਹੜੇ ਫਲੇਵਰ ਲੈ ਆਪਾਂ ਰੋਸਟਡ ਆਲਮੰਡ ਤੇ ਪਾਨ ਇੱਕ ਰੋਸਟਡ ਆਲਮੰਡ ਤੇ ਇੱਕ ਪਾਨ ਇਹਨੇ ਕਿਹਾ ਕਿ ਇਹਨੇ ਰੈਕਮੈਂਡ ਕੀਤੀ ਸੀ ਪਲੇਸ ਇਹ ਕਹਿੰਦਾ ਵਧੀਆ ਇੱਥੇ ਦੀ ਮਤਲਬ ਪਿਓਰ ਫਲੇਵਰਸ ਆ ਪੂਰੇ ਮਜ਼ਾ ਆਉਂਦਾ ਖਾ ਕੇ ਕਹਿੰਦਾ ਟਰਾਈ ਕਰ ਬਈ ਮੈਂ ਤਾਂ ਖਾਧੂ ਖਾ ਵਾਕਈ ਘੈਂਟ ਗੱਲਬਾਤ ਤਾਂ ਹੈ ਯਾਰ ਮਤਲਬ ਪਲੇਸ ਹੀ ਲਾਉਂਦਾ ਘੈਂਟ ਹੀ ਵਧੀਆ ਮਤਲਬ ਦੂਜੀ ਵੀ ਐਲਮੈਂਟ ਵਾਲੀ ਕਰਾ ਹਾਏ ਬ੍ਰੋ ਹਾਊ ਆਰ ਯੂ ਘੈਂਟ ਕਹਿੰਦੇ ਗਰਮ ਗਰਮ ਧੁੱਪ ਸਾਹਮਣੇ ਪੈ ਰਹੀ ਹੈ ਅਤੇ ਠੰਡੀ ਠੰਡੀ ਆਈਸਕ੍ਰੀਮ ਸਵਾਦ ਹੀ ਅਲੱਗ ਹੈ ਮੁੰਡਾ ਕਹਿੰਦਾ ਪਹਿਲੀ ਵਾਰ ਇੰਨੀ ਧੁੱਪ ਦੇਖੀ ਮੈਂ ਕਿਹਾ ਇਸ ਟਾਈਮ ਦਿਨ ਦੇ 5 ਵੱਜ ਚੁੱਕੇ ਆ 5 ਸਾਢੇ 5 ਹੋਏ ਆ ਅਤੇ ਧੁੱਪ ਪੂਰੀ ਆ ਇਹਨੂੰ ਘੈਂਟ ਨਿਕਲੀ ਹੋਈ ਆ ਮਜ਼ਾ ਆ ਗਿਆ ਯਾਰ ਜਾਦੂ ਸਮਝ ਸਕਦੇ ਯੂਕੇ 'ਚ ਬਾਈ ਧੁੱਪ ਨਿਕਲੀ ਤਾਂ ਸਮਝ ਲਓ ਵੀ ਤੁਹਾਡਾ ਦਿਨ ਬਣ ਗਿਆ ਨਹੀਂ ਤਾਂ ਇੱਥੇ ਬਿਨਾਂ ਛੱਤਰੀ ਤੋਂ ਬਾਹਰ ਨਹੀਂ ਜਾਂਦਾ ਨਹੀਂ ਤਾਂ ਮੈਂ ਦੂਜੇ ਦਿਨ ਮੀਂਹ ਪੈ ਜਾਂਦਾ ਅਤੇ ਫਿਰ ਨਾ ਕਰੋ ਬਾਹਰ ਨਿਕਲ ਸਕਦਾ ਬੰਦਾ ਨਾ ਕਿਤੇ ਘੁੰਮ ਸਕਦਾ ਧੁੱਪ 'ਚ ਬੰਦੇ ਬਾਹਰ ਵੀ ਆ ਜਾਂਦੇ ਆ ਘੁੰਮ ਫਿਰ ਵੀ ਲੈਂਦੇ ਆ ਇਸ ਕਰਕੇ ਅੱਜ ਨਿਕਲੇ ਅਤੇ ਆਈਸਕ੍ਰੀਮ ਦਾ ਮਜ਼ਾ ਅਲੱਗ ਹੀ ਹੈ ਯਾਰ ਸਵਾਦ ਆ ਗਿਆ ਜਲੰਧਰ ਦੇ ਟਾਊਨ ਚ ਖੜੇ ਹੁੰਦੇ ਆ ਡੇਢ ਸੌ ਬੰਦਾ ਖੜਾ ਸਾਹਮਣੇ ਤੇ ਪਹੁੰਚ ਚੁੱਕੇ ਆ ਫਾਈਨਲੀ ਟਿਮ ਕੈਨੇਡਾ ਫਾਈਨਲੀ ਇੰਨੀ ਦੂਰ ਆਏ ਆ ਸਿਰਫ ਟਿਮ ਲਈ ਕੀ ਕਹਿੰਦੇ ਫਾਈਨਲੀ ਪਹੁੰਚ ਚੁੱਕੇ ਆ ਲਿਖਿਆ ਤਾਂ ਉੱਪਰ ਡਰਾਈਵ ਥਰੂ ਹੀ ਆ ਟਿਮ ਲਿਮਿਟਡ ਲਿਮਿਟਡ ਪਲੇਸਾਂ ਆ ਲੋਕੀ ਬੈਠੇ ਹੋਏ ਆ ਅੰਦਰ ਪਹਿਲੀ ਵਾਰ ਟਰਾਈ ਕਰ ਰਹੇ ਆ ਤੇ ਚਲੋ ਦੇਖਦੇ ਆ ਕੁਛ ਅੰਦਰ ਜਾ ਕੇ ਵਧੀਆ ਮਿਲਦਾ ਕਿ ਨਹੀਂ ਨਾਮ ਤਾਂ ਬਹੁਤ ਸੋਹਣਾ ਕੈਨੇਡਾ 'ਚ ਦੇਖਦੇ ਆ ਕੈਨੇਡਾ 'ਚ ਬੰਦੇ ਬੜੇ ਇੱਥੇ ਏ ਸੀ ਇੱਥੇ ਜਾਂਦੇ ਆ ਪਰ ਆਪਾਂ ਪਹਿਲੀ ਵਾਰ ਆਏ ਹਾਂ ਟੈਂ ਟੈਣੇ ਟੈਣੇ ਨੈਣੇ ਲਓ ਜੀ ਕਹਿੰਦੇ ਔਡਰ ਕਰਤੇ ਆ ਕੌਫੀ ਦੇ ਨਾਲ ਸੈਂਡਵਿਚਸ ਮੁੰਡੇ ਨੇ ਹੋਰ ਕਰਨਾ ਕੁਛ ਔਡਰ ਡੋਨਟਸ ਵੀ ਮੁੰਡੇ ਉਹ ਕਹਿੰਦੇ ਔਡਰ ਕਰ ਪਾਇਆ ਹੁਣ ਇੱਕ ਟੇਬਲ ਵਧੀਆ ਜਿਹਾ ਲੈ ਕੇ ਬੈਠਦੇ ਹਾਂ ਫਿਰ ਤੁਹਾਨੂੰ ਰਿਵਿਊ ਦਿੰਦੇ ਹਾਂ ਕੀ ਹਿਸਾਬ ਕਿਤਾਬ ਆ ਨਾ ਟਿਮ ਹੋਟਲ ਦਾ ਗੱਲਬਾਤ ਹੈਗੀ ਕਿ ਯੂਕੇ ਮਤਲਬ ਉਦਾਂ ਹੀ ਆ ਕੰਪੈਰੀਜ਼ਨ ਕਰਦੇ ਆ ਕੰਪੈਰੀਜ਼ਨ ਟਿਮ ਹੋਟਲਸ ਤੇ ਕੋਸਟਾ 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 ਉਹ ਹੀ ਕਹਿੰਦੇ ਆਰਡਰ ਆ ਗਿਆ ਆਪਣਾ ਪੈ ਗਈਆਂ ਸਨੈਪਾਂ ਇੱਕ ਮੀਟ ਲੈਸ ਇੱਕ ਮੀਟ ਬਨ ਆ ਕਿ ਮੰਮਾ ਰਸਗੁੱਲੇ ਜਿਹਾ ਆਰਡਰ ਕਰਦੇ ਆ ਗੋਰਿਆਂ ਦੇ ਰਸਗੁੱਲੇ ਆ ਬ੍ਰੋ ਕੀ ਹਿਸਾਬ ਕਿਤਾਬ ਆ ਨੋਟ ਬੈਡ ਮਿੱਠੇ ਮਿੱਠੇ ਜਿਹਾ ਆ ਹੈਗਾ ਬਾਈ ਮੀਟਲੈਸ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਉਹ ਯਾਰ ਇਹ ਤੇ ਆ ਹੈਗਾ ਮੀਟ ਵਾਲਾ ਇਹਨੂੰ ਵੀ ਖੋਲ ਬਾਬੇ ਹੈ ਇੱਕ ਬੰਦੇ ਨੇ ਕੀ ਪਾਇਆ ਸੀ ਫਰੈਂਚ ਵਨੀਲਾ ਦਾ ਇੱਕ ਬੰਦੇ ਨੇ ਫਰੈਂਚ ਵਨੀਲਾ ਦਾ ਉਹ ਵੀ ਕੰਡਾ ਕੱਢਦਾ ਕਹਿੰਦਾ ਅੱਜ ਵਨ ਕੈਨ ਆਈ ਗੈਟ ਮੀਡੀਅਮ ਫਰੈਂਚ ਵਨੀਲਾ ਇੱਦਾਂ ਕੋਈ ਬੰਦਾ ਕਹਿੰਦਾ ਚੋਕਲੇਟ ਹੀ ਬੜੀ ਹੈ ਬਾਬੇ ਇਹ ਵੱਖਰੇ ਵੱਖਰੇ ਮਤਲਬ
उन्हें बखरे बखरे फ्लेवर पाए है मतलब दस होंगे चोले जो अलग अलग फ्लेवर आए बाकी उस्ताद उन्हें बार जो टेस्ट कर लगे टिम होटन का टिम होटन वाले कि हिसाब किताब है मैकड़ी सुद तो सेम ही होना नियर की कॉफी इन्हों की मैं समॉल समॉल ही लेनी चाहिए सी टेस्ट कर लगे ने सो किवें लग्या वेज वेज बंदे दी कोई नहीं ना वेटलेस आ वेज आ टेस्टी है यार मसाले मसाले मतलब फिक्का मुक्का नहीं हैगा मतलब खा के करारा बन जा होता है मतलब कि ऊपर सॉस पाइए सॉसा कितने अपनी सॉसा दिखाई नहीं सॉसा इनक्लूड कर दी चढ़निया कितने बर्गर लिया खा बर्गर नू 10 out of 10 मजा आ गया खाए तेरा की साडा अलग अलग बर्गर सी इहदा मीट वाला सी मेरा मीटलैस सी पर मीटलैस भी बहुत ही स्वाद सी आउट एंड आउट वधिया सी तेरा 10 out of 8 तो मैकडी दे अगर कंपैरिजन किया जाए मैकडी तो थोड़ा जहा मैकडी तो वधिया जे मैकडी नू 6 आ ते इहनू 8 आ इहदे मुकाबले मेरे हिसाब नाल मैकडी मैं 8 दिंदा इहनू 10 दे उत्ते उही मतलब टेस्टी है बर्गर दा मतलब फिक्का फिक्का नहीं गा मतलब थोड़ा जहा सूसा सूसा पा के होर वधिया हो गया टिक्की भी वधिया है ना इहनां दी टिक्की फस्ट इंडिया वाली टिक्की मतलब वधिया है तां करके टिम होटन पॉपुलर हैगा मतलब इन्ना बिजी नहीं है क्योंकि ट्यूजडे आ इसलिए ज़्यादा लोग हैं नहीं आले दुआले बट हो जा फ्राइडे वीकेंड वीकेंड ते चढ़ता होना वीकेंड की टिम दियाँ ब्रांचा यूके दे विच बड़ियां घट आ लिमिटेड आ पहली बार ट्राई किया बाकी कॉफी वनीला आई थिंक ब्रिटिश पीपल नहीं लाइक करते हाँ ब्रिटिश पीपल घट करते इंडिया कोस्टा प्रैफर करते हाँ कोस्टा कॉफी करते बट टिम का भी अपने अलग ब्रांड आ कैनेडा दे विच लोग ज़्यादा इनू मतलब कनाडा दे विच तां बहुत ब्रांच आ ना कैनेडा बेस्ड कंपनी बट इत्थे घट आ बट साडा काफ़ी टाइम तो प्लैन सी कि आवांगे बट अच आ गए ट्राई कर लिया कीड़ा कढ़ लिया बाकी कॉफ़ी बहुत मिठी है यार वनीला सिरप चलो मिलते हैं अगे पिछे टिम का हो गया अपना कंडा कढ़ता ठीक है उस्ताद ने वधिया लगा कॉफी पी ली टिम की फस्ट टाइम इन लाइफ फस्ट टाइम एक्सपीरियंस है मेरा उन्हें शायद इंडिया च पीती है पहला तो चलो वधिया हो गया एक्सपीरियंस बर्गर बुर्गर खाधा कॉफी पीती अगे होर भी रात को डिनर का इनविटेशन आ रखा उधर भी जाना है तो कोई नहीं बने रहो व्लॉग के बच्चे 2 मिनट लेट हो गया साड़ी बस निकल गई तो अगली बस हैगी 1 घंटे बाद हूँ इतने इस एरिए जिते खड़े हाँ इतने कुछ है भी नहीं इदा जिते असं घंटा एक स्पेंड कर लीए आले दुआले बस रोड ही रोड आ पेट्रोल पंप आ दो आमो सामने पेट्रोल पंप आस दाला पेट्रोल पंप तो इधर सेंसबरी का पेट्रोल पंप तो पिछे टिम हूँ 1 घंटा अपने को हूँ की किया जाए महंगी मूंगी तो नहीं पई पर टाइम लग गई थोड़ा जहा टाइम वेस्ट हो गया की कहना चाहना कुछ नहीं कहना घर जाना घर जाना है मुझे घर जाना कहते सेंट ओलवंस पहुंच गया सी ते मुंडे दी बस भी आ गई है कहते तोरनी वाले लेट ही है 10 मिनट चल ठीक है चंगा लो जी वापस एटफील्ड चलिया तो अपना शहर सेंट ओलवंस ही है की कहता टिकट नहीं लगी कद कद इदा इदा होंगे कद टिकट नहीं लगती टिकट लेंदा नहीं रात तेरे 2 पौन बज गए दो पौन बज गया वे 2 पौन कद कद कंडक्ट टिकट नहीं लेंदे पता नहीं इन्हें मशीन मशून खराब हो जाती पता नहीं की हो जाता टिकट लेंदे नहीं तां करके मेरे भाइयों मैं 8:30-9 बजे के करीब घर आ चुका था तो घर पर आ गया था तो अब रात के 11 बज चुके हैं और मेरे फ्रेंड ने मेरे को डिनर पे बुलाया है
तो वो बोल रहा है कि आजा घर, इंडिया जाने वाला है, तो अब उसके घर जा रहा हूँ, तो वहाँ पे देखते हैं क्या क्या होता है, क्या क्या सीन रहता है, मज़ा आएगा काफ़ी, तो मिलवाता हूँ आपको जाके। भाई रात के 11 बजे हैं, आसपास पीछे आगे कोई नहीं है, सुनसान जगह है बिल्कुल, तो 5 मिनट का रास्ता है, बिल्कुल भी एक बंदा नहीं बाहर नज़र आ रहा इस टाइम, तो जा रहा हूँ अब रास्ते, 2 मिनट का रास्ता और है। पीछे का माहौल देखो आप, लोही भाई के घर आ चुके हैं। भाई एक बार हेलो बोल दो, मानो इसका फोन छीन के रहा है, वो कर दे। तू बोल दे भाई, आज ब्लॉग कर रहा हूँ मैं। नहीं आज कोई ब्लॉग नहीं है, सुबह से कर रहे थे, पूरी कुकिंग चल रही है, मैं देख सकते हो। जाता है कैप्चर, क्या कर रहे हो भाई, कैसी है कैमरा, मैंने शुरू हो गया, फिर से कर लो। बाबर जी, बाबर जी कुनाल, मैं म्यूजिकल गाने वाला हूँ, वैसे मैं तो वैसे ऐसे ही शॉट ले रहा हूँ। तेरा तू म्यूजिक लगा, तेरा चैनल ही बंद हो गया, ऐसा ऐसा कॉपीराइट आ गया। कॉपीराइट फ्री म्यूजिक लगाऊंगा, टेंशन मत ले। लोही भाई खाना बना रहा है, देख सकते हो, तू फोटो वॉश कर भाई आगे। ठीक है साग पनीर, ठीक है ठीक है, दाल ते फ्राइड राइस मेरे पास ही है। थैंक्स भाई, आकाश भाई कोई नहीं कभी ले गया। तो लो भाई खाना वाना हो गया, सब कुछ खा लिया, इधर विराट भाई की बैटिंग भी देख ली, तो अब घर जाने का टाइम हो गया, रात का 1 बज चुका है, घर जाएंगे और सारे भाई बैटिंग चल रही है, मेरे को जाना होगा क्योंकि सुबह शिफ्ट पे भी जाना है, तो घर जाने का टाइम आ गया, तो अब आपसे विदा लेने का टाइम आ गया, तो मिलते हैं अगले ब्लॉग में। अगर पसंद आया तो लाइक कर देना, शेयर कर दो, तो चैनल को सब्सक्राइब भी कर दो, मिलते हैं नेक्स्ट वीडियो में, तब तक के लिए राम राम, बाय बाय, ओके बाय बाय, चलो बाय बाय।